ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਜਦੋਂ ਆਉਂਦਾ ਹੈ ਤੁਹਾਡੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਪ੍ਰੈਲ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਹੁਣ ਨਵੰਬਰ ਦੇ ਵਿੱਚ ਵੀ ਮਨਾਇਆ ਗਿਆ। ਹੁਣ ਵੈਸੇ ਜਦੋਂ ਗੌਰ ਕਰਿਓ, ਜਦੋਂ ਅਸੀਂ ਛੋਟੇ ਹੁੰਦੇ ਕਿਤਾਬਾਂ ਪੜ੍ਹਦੇ ਸੀਗੇ, ਭਾਵੇਂ ਆਮ ਸਕੂਲਾਂ ਦੀਆਂ ਕਿਤਾਬਾਂ ਤੁਸੀਂ ਵੇਖ ਲਓ, ਉਹਨਾਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਵੀ ਬਾਬਾ ਨਾਨਕ ਜੀ ਦੇ ਜਨਮ ਦੀ ਜਿਹੜੀ ਤਰੀਕ ਦਿੱਤੀ ਹੁੰਦੀ ਸੀ ਨਾ, ਤੁਹਾਨੂੰ ਸਾਰਿਆਂ ਨੂੰ ਚੇਤੇ ਹੋਣੀ, ਕਿਹੜੀ ਹੁੰਦੀ ਸੀ ਜੀ? 15 ਅਪ੍ਰੈਲ ਸੰਨ 1469, ਇਹ ਤਰੀਕ ਹੁੰਦੀ ਸੀ ਨਾ। ਅਪ੍ਰੈਲ, ਵਿਸਾਖ, ਇਹ ਤਰੀਕ ਹੁੰਦੀ ਸੀਗੀ। ਅਤੇ ਤੁਸੀਂ ਵੇਖੋ, ਇੱਥੋਂ ਤੱਕ ਸ਼੍ਰੋਮਣੀ ਕਮੇਟੀ ਦੀ ਸਾਈਟ ਜਿਹੜੀ ਹੈ ਨਾ, ਸ਼੍ਰੋਮਣੀ ਕਮੇਟੀ ਦੀ ਸਾਈਟ ਹੈ ਜਿਹੜੀ, ਇੰਟਰਨੈਟ ਉੱਤੇ ਜਾ ਕੇ ਵੇਖਿਓ, ਉੱਥੇ ਵੀ 15 ਅਪ੍ਰੈਲ ਸੰਨ 1469 ਹੀ ਡੇਟ ਲਿਖੀ ਹੋਈ ਹੈ, ਵਿਸਾਖ ਦੀ ਤਰੀਕ ਲਿਖੀ ਹੋਈ ਹੈ। ਪਰ ਕਿੱਡੀ ਕਮਾਲ ਦੀ ਗੱਲ ਹੈ ਨਾ, ਵੀ ਅਸੀਂ ਪੜ੍ਹਾ ਇਹ ਰਹੇ ਹਾਂ ਆਪਣੇ ਬੱਚਿਆਂ ਨੂੰ, ਵਿਸਾਖ ਦੀ ਗੱਲ ਪੜ੍ਹਾ ਰਹੇ ਹਾਂ, ਅਪ੍ਰੈਲ ਦੀ ਗੱਲ ਪੜ੍ਹਾ ਰਹੇ ਹਾਂ, ਪਰ ਬੱਚਿਆਂ ਨੇ ਸਵਾਲ ਕਰਨਾ ਜ਼ਰੂਰ ਹੈ ਕਿਸੇ ਨਾ ਕਿਸੇ ਦਿਨ, ਫਿਰ ਮਨਾਉਂਦੇ ਨਵੰਬਰ ਦੇ ਵਿੱਚ ਕਿਉਂ? ਸਵਾਲ ਤਾਂ ਬਣਦਾ ਅਤੇ ਬੜਾ ਜੈਨੂਅਨ ਸਵਾਲ ਹੈ, ਵੀ ਜੇ ਪੜ੍ਹਾ ਵਿਸਾਖ ਰਹੇ ਹੋ ਤਾਂ ਮਨਾ ਕੱਤਕ ਦੇ ਵਿੱਚ ਕਿਉਂ ਰਹੇ ਹੋ? ਜੇ ਪੜ੍ਹਾਉਂਦੇ ਅਪ੍ਰੈਲ ਪਏ ਹੋ ਤਾਂ ਮਨਾਉਂਦੇ ਫਿਰ ਨਵੰਬਰ ਜਾਂ ਅਕਤੂਬਰ ਦੇ ਵਿੱਚ ਕਿਉਂ? ਸਵਾਲ ਬੱਚੇ ਨੇ ਕਰਨਾ ਅਤੇ ਸੱਚ ਕਰਕੇ ਜਾਣਿਓ, ਮੇਰੇ ਵਰਗੇ ਪ੍ਰਚਾਰਕ ਨੂੰ ਇਹ ਸਵਾਲ ਕੀਤਾ ਜਾਵੇ ਨਾ ਤਾਂ ਮੈਨੂੰ ਇਹੀ ਕਹਿਣਾ ਪਏਗਾ ਵੀ ਭਾਈ ਪਤਾ ਨਹੀਂ ਇੱਦਾਂ ਕਿਉਂ ਹੋ ਰਿਹਾ, ਵੀ ਪਤਾ ਨਹੀਂ ਇਹਦੇ ਬਾਰੇ ਵਿੱਚ ਮਤਲਬ ਕੁਝ ਹੈ ਹੀ ਨਹੀਂ, ਕੀ ਦੱਸਾਂ ਮੈਂ ਵੀ ਕਿਉਂ ਹੋ ਰਿਹਾ? ਤੁਹਾਨੂੰ ਕੋਈ ਪੁੱਛੇਗਾ ਤੁਸੀਂ ਕੀ ਜਵਾਬ ਦਿਓਗੇ? ਵੀ ਪਤਾ ਨਹੀਂ ਇਹ ਕੀ, ਬਸ ਭੇਡ ਚਾਲ ਹੈ, ਭੇਡ ਚਾਲ ਹੀ ਕਹਿ ਸਕਦੇ ਹਾਂ, ਵੀ ਪਤਾ ਨਹੀਂ ਕਦੋਂ ਤੋਂ ਇਹ ਨਵੰਬਰ ਦੇ ਵਿੱਚ ਮਨਾਉਣ ਲੱਗ ਪਏ, ਕਦੋਂ ਤੋਂ ਇਹ ਕੱਤਕ ਦੇ ਵਿੱਚ ਮਨਾਉਣ ਲੱਗ ਪਏ, ਅਤੇ ਮੱਖੀ ਦੇ ਉੱਤੇ ਮੱਖੀ, ਮੱਖੀ ਦੇ ਉੱਤੇ ਮੱਖੀ ਮਾਰਨੀ ਸਾਰਿਆਂ ਨੇ ਸ਼ੁਰੂ ਕਰ ਦਿੱਤੀ ਅਤੇ ਸਾਰੇ ਹੀ ਉਸ ਪਾਸੇ ਨੂੰ ਹੋ ਤੁਰੇ। ਉਹ ਅਸਲੀ ਡੇਟ ਜਿਹੜੀ ਸੀ, ਅਸਲੀ ਡੇਟ ਨੂੰ ਤਾਂ ਭੁਲਾ ਹੀ ਦਿੱਤਾ, ਵਿਸਾਖ ਵਾਲੀ ਤਰੀਕ ਨੂੰ, ਅਪ੍ਰੈਲ ਵਾਲੀ ਤਰੀਕ ਨੂੰ ਤਾਂ ਭੁਲਾ ਹੀ ਦਿੱਤਾ। ਵੈਸੇ ਨਾ ਸਾਡੇ ਸਾਰੇ ਹੀ ਰੌਲੇ ਗੋਲੇ ਨੇ, ਵੈਸੇ ਸਾਰੇ ਹੀ ਰੌਲੇ ਗੋਲੇ ਨੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਗੱਲ ਆ ਜਾਵੇ, ਉਦੋਂ ਵੀ ਇਹੀ ਰੌਲਾ ਗੋਲਾ ਹੁੰਦਾ, ਕਈ ਵਿੱਚ ਕਈ ਵਾਰੀ ਐਸਾ ਵਾਪਰਦਾ ਵੀ ਇੱਕ ਸਾਲ ਵਿੱਚ ਦੋ ਵਾਰੀ, ਅਤੇ ਕਦੀ ਇੱਕ ਸਾਲ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਉਂਦਾ, ਕਈ ਵਾਰੀ ਜਨਵਰੀ 'ਚ ਵੀ ਆ ਜਾਏਗਾ, ਦਸੰਬਰ 'ਚ ਵੀ ਆ ਜਾਏਗਾ, ਅਤੇ ਇੱਕ ਸਾਲ ਐਸਾ ਆਏਗਾ ਨਾ ਜਨਵਰੀ ਦੇ ਵਿੱਚ ਅਤੇ ਨਾ ਦਸੰਬਰ ਦੇ ਵਿੱਚ। ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਹੁਣ ਬਾਹਰਲੀ ਕੰਟਰੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਮੈਰੀਕਾ ਦੀ ਗੱਲ ਕਰ ਲਓ, ਕੈਨੇਡਾ ਦੀ ਗੱਲ ਕਰ ਲਓ, ਕੈਨੇਡਾ ਦੇ ਵਿੱਚ ਤਾਂ ਹੁਣ ਕਈ ਜਿਹੜੇ ਨੇ ਉਹ ਪੱਗਾਂ ਵਾਲੇ ਉੱਥੇ ਲੀਡਰ ਵੀ ਬਣ ਗਏ ਨੇ। ਹੁਣ ਮੰਨ ਲਓ ਵੀ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਹੈ। ਮੰਨ ਲਓ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ ਜਿਹੜਾ ਹੈ, ਉਹ ਪੁੱਛ ਲਵੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਅਸੀਂ ਨਾ ਕੈਨੇਡਾ ਦੇ ਵਿੱਚ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੀ ਨਾ ਛੁੱਟੀ ਕਰਨਾ ਚਾਹੁੰਦੇ ਹਾਂ, ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਨਾ ਇੱਕ ਫਿਕਸ ਤਰੀਕ ਜਿਹੜੀ ਹੈ ਨਾ ਉਹ ਦੱਸ ਦਿਓ, ਹਰ ਸਾਲ ਉਸ ਤਰੀਕ ਦੇ ਉੱਤੇ ਛੁੱਟੀ ਹੋਇਆ ਕਰੇਗੀ। ਜਿਵੇਂ ਕ੍ਰਿਸਮਸ ਦੀ 25 ਦਸੰਬਰ ਪੱਕੀ ਹੈ, 25 ਦਸੰਬਰ ਨੂੰ ਛੁੱਟੀ ਹੋਣੀ ਹੋਣੀ ਹੈ, ਹਰ ਕਿਸੇ ਨੂੰ ਪਤਾ ਹੈ, ਪਿਛਲੇ ਸਾਲ ਵੀ 25 ਦਸੰਬਰ ਨੂੰ ਛੁੱਟੀ ਹੋਈ ਸੀ, ਇਸ ਸਾਲ ਵੀ ਹੋਣੀ ਹੈ, ਬੜੀ ਪੱਕੀ ਤਰੀਕ ਹੈ ਨਾ। ਅਤੇ ਆਲ ਓਵਰ ਵਰਲਡ ਦੇ ਵਿੱਚ ਇਹੀ ਤਰੀਕ ਚੱਲਦੀ ਹੈ, ਕ੍ਰਿਸਮਸ ਦੀ ਚੇਂਜ ਨਹੀਂ ਹੁੰਦੀ, ਭਾਵੇਂ ਇੰਡੀਆ ਹੈ, ਜਰਮਨੀ ਹੈ, ਇੰਗਲੈਂਡ ਹੈ, ਕੈਨੇਡਾ ਹੈ, ਅਮੈਰੀਕਾ ਹੈ, ਜਿੱਥੇ ਮਰਜ਼ੀ 25 ਦਸੰਬਰ ਕ੍ਰਿਸਮਸ ਹੈ, ਪੂਰੇ ਵਰਲਡ ਨੂੰ ਪਤਾ, ਸਾਰੀ ਦੁਨੀਆਂ ਨੂੰ ਪਤਾ। ਅਤੇ ਮੰਨ ਲਓ ਟਰੂਡੋ ਵਰਗਾ ਬੰਦਾ ਪੁੱਛ ਲਵੇ ਵੀ ਅਸੀਂ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਕਰਨਾ ਚਾਹੁੰਦੇ ਹਾਂ, ਸਾਨੂੰ ਇੱਕ ਤਰੀਕ ਦੱਸੋ, ਕੋਈ ਦੱਸ ਪਾਏਗਾ ਕਿਹੜੀ ਤਰੀਕ? ਜਵਾਬ ਪਤਾ ਇਹੀ ਹੋਣਾ, ਹਜੇ ਤਾਂ ਜੰਤਰੀ ਨਹੀਂ ਆਈ ਜੀ, ਜੰਤਰੀ ਆਏਗੀ ਫਿਰ ਉਹਦੇ ਹਿਸਾਬ ਨਾਲ ਵੇਖਾਂਗੇ ਵੀ ਕਦੋਂ ਹੈ। ਇਸ ਸਾਲ 12 ਨਵੰਬਰ ਹੈ, ਹੁਣ ਮੈਨੂੰ ਦੱਸੋ ਅਗਲੇ ਸਾਲ ਕਿਹੜੀ ਤਰੀਕ ਹੈ, ਅਗਲੇ ਸਾਲ ਨਵੰਬਰ ਮਹੀਨੇ ਦੀ ਕਿਹੜੀ ਤਰੀਕ ਹੈ? ਪਤਾ ਕਿਸੇ ਨੂੰ? ਉਹ ਜੰਤਰੀ ਆਏਗੀ ਫਿਰ ਪਤਾ ਲੱਗੇਗਾ। ਅਤੇ ਜੇ 15 ਅਪ੍ਰੈਲ ਇੱਕ ਪੱਕੀ ਤਰੀਕ ਹੋਵੇ ਵੀ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ 15 ਅਪ੍ਰੈਲ ਦਾ ਹੈ, ਇੱਕ ਤਰੀਕ ਪੱਕੀ ਹੈ ਵੀ ਟਰੂਡੋ ਸਾਹਿਬ ਇਹ ਤਰੀਕ ਹੈ ਤੁਸੀਂ ਛੁੱਟੀ ਕਰ ਸਕਦੇ ਹੋ, ਕਹਿ ਸਕਦੇ ਹਾਂ ਨਾ ਆਪਾਂ, ਪਰ ਇੱਦਾਂ ਦਾ ਕੋਈ ਤਰੀਕ ਹੀ ਨਹੀਂ ਹੈਗੀ। ਹੁਣ ਅਗਲੇ ਮੰਨ ਲਓ ਜੇ ਪੁੱਛ ਲੈਣ ਤਾਂ ਸਾਡੇ ਲੋਕਾਂ ਕੋਲ ਜਵਾਬ ਕੋਈ ਨਹੀਂ ਹੈ,
ਤੇ ਫਿਰ ਉਹ ਨਾਰੇ ਬਸ ਮਾਰੀ ਜਾਣੇ ਵੀ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ। ਵੀ ਘੱਟੋ ਘੱਟ ਤਰੀਕ ਤਾਂ ਤੈਅ ਕਰ ਲਓ। ਲੋਕਾਂ ਨੂੰ ਕਨਫਿਊਜ਼ ਕੀਤਾ ਹੋਇਆ, ਗੁਰੂ ਗੋਬਿੰਦ ਸਿੰਘ ਜੀ ਦਾ ਦਿਹਾੜਾ ਆ ਜੇ ਤਾਂ ਸੰਗਤ ਕਨਫਿਊਜ਼, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਜੇ ਤਾਂ ਸੰਗਤ ਕਨਫਿਊਜ਼। ਉਹ 16 ਜੂਨ ਪੱਕੀ ਤਰੀਕ ਹੋਈ ਸੀਗੀ ਜਦੋਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਚੱਲੀ ਸੀਗੀ, ਅਤੇ ਬਾਅਦ ਵਿੱਚ ਉਹ ਜਦੋਂ ਕੈਲੰਡਰ ਦਾ ਘਾਲਾ ਮਾਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਸ਼ਹੀਦੀ ਦਿਹਾੜੇ ਦੀਆਂ ਵੀ 2 ਤਰੀਕਾਂ ਹੋ ਗਈਆਂ। ਠੀਕ ਹੈ ਨਾ, ਮਤਲਬ ਅਸੀਂ ਲੋਕ ਕਨਫਿਊਜ਼ ਹੋ ਰਹੇ ਹਾਂ ਇਹਨਾਂ ਤਰੀਕਾਂ ਦੇ ਚੱਕਰਾਂ ਦੇ ਵਿੱਚ ਪੈ ਕੇ। ਵੇਖੋ ਗੱਲ ਤਾਂ ਸਿੱਧੀ ਜੀ ਇਹ ਹੈ, ਕੋਈ ਵੀ ਇੱਕ ਤਰੀਕ ਤੈਅ ਕਰ ਲਓ ਆਪਣੀ ਮਰਜ਼ੀ ਦੇ ਨਾਲ, ਕੋਈ ਵੀ ਇੱਕ ਤਰੀਕ ਤੈਅ ਕਰ ਲਓ। ਗੱਲ ਜਿਹੜੀ ਹੈ ਨਾ, ਅਸਲ ਲੜਾਈ ਜਿਹੜੀ ਹੈ ਵੈਸੇ ਤਾਂ ਮੈਂ ਕਹਾਂ ਉਹ ਤਰੀਕਾਂ ਦੀ ਵੀ ਨਹੀਂ ਹੈਗੀ, ਗੱਲ ਤਾਂ ਹੈ ਕਹਿਣਾ ਮੰਨਣ ਦੀ, ਗੱਲ ਤਾਂ ਹੈ ਕਹਿਣਾ ਮੰਨਣ ਦੀ। ਕੋਈ ਵੀ ਇੱਕ ਤਰੀਕ ਤੈਅ ਕਰ ਲਓ ਜਿਹੜੀ ਵੀ ਜਿਹਨੂੰ ਵੀ ਚੰਗੀ ਲੱਗਦੀ ਹੈ, ਕੋਈ ਇੱਕ ਤਰੀਕ ਤੈਅ ਕਰ ਲਓ, ਉਸ ਤਰੀਕ ਨੂੰ ਦਿਹਾੜਾ ਮਨਾਓ ਅਤੇ ਜੋ ਕੁਝ ਅਸੀਂ ਉਸ ਦਿਨ ਦੀਵਾਨ ਸਜਾਉਣਾ, ਜੋ ਕੋਈ ਬੁਲਾਰਾ ਆ ਕੇ ਦੱਸੇ ਗੁਰਬਾਣੀ ਦੇ ਅਕੋਰਡਿੰਗ ਦੱਸਦਾ ਹੈ, ਅਤੇ ਉਹਨਾਂ ਗੱਲਾਂ ਨੂੰ ਮੰਨਣ ਵਾਲੇ ਪਾਸੇ ਨੂੰ ਤੁਰੀਏ। ਸਭ ਤੋਂ ਇੰਪੋਰਟੈਂਟ ਕੰਮ ਤਾਂ ਆਹ ਹੈ, ਸਭ ਤੋਂ ਇੰਪੋਰਟੈਂਟ ਕੰਮ ਆਹ ਹੈ। ਪਰ ਠੀਕ ਹੈ, ਇੱਕ ਤਰੀਕ ਤਾਂ ਹੋਣੀ ਚਾਹੀਦੀ, ਜੇ ਕ੍ਰਿਸਮਸ ਦੀਆਂ 2 ਤਰੀਕਾਂ ਹੋਣ ਨਾ ਤਾਂ ਉਹ ਵੀ ਵਿਚਾਰੇ ਭੰਬਲ ਭੂਸੇ ਦੇ ਵਿੱਚ ਹੀ ਪਏ ਹੋਣਗੇ। ਸਾਡੇ ਬੱਚੇ ਨੂੰ ਘੱਟੋ ਘੱਟ ਪਤਾ ਤਾਂ ਹੋਵੇ ਵੀ ਬਾਬੇ ਨਾਨਕ ਦਾ ਦਿਹਾੜਾ ਕਦੋਂ ਆ ਰਿਹਾ, ਪਤਾ ਤਾਂ ਹੋਵੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਹਾੜਾ ਕਦੋਂ ਆ ਰਿਹਾ। ਪਰ ਐਵੇਂ ਬਸ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਹੈ, ਕਿਸੇ ਨੂੰ ਕੋਈ ਸੋਝੀ ਨਹੀਂ, ਕੋਈ ਖਬਰ ਨਹੀਂ ਇਸ ਚੀਜ਼ ਦੇ ਬਾਰੇ ਦੇ ਵਿੱਚ ਕਦੋਂ ਕੀ ਹੈ ਅਤੇ ਕਦੋਂ ਕੀ ਨਹੀਂ ਹੈ। ਸਾਰੇ ਬਸ ਇਹਨਾਂ ਚੱਕਰਾਂ ਦੇ ਵਿੱਚ ਪੈ ਕੇ ਬਸ ਪਰੇਸ਼ਾਨ ਹੋ ਰਹੇ ਨੇ। ਇਸ ਕਰਕੇ ਸਾਨੂੰ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਇਹਨਾਂ ਗੱਲਾਂ ਵਾਲੇ ਪਾਸੇ ਨੂੰ ਵੀ ਸਾਨੂੰ ਬੜਾ ਧਿਆਨ ਦੇਣ ਦੀ ਲੋੜ ਹੈ। ਜਦੋਂ ਅਸੀਂ ਇਸ ਪਾਸੇ ਨੂੰ ਧਿਆਨ ਦੇਵਾਂਗੇ ਨਾ, ਹਰ ਨਿੱਕੀ ਤੋਂ ਨਿੱਕੀ, ਬਰੀਕ ਤੋਂ ਬਰੀਕ ਗੱਲ ਸਮਝਣ ਅਤੇ ਵਿਚਾਰਨ ਵਾਲੇ ਪਾਸੇ ਨੂੰ ਧਿਆਨ ਦੇਵਾਂਗੇ, ਤਾਂ ਸਾਡਾ ਕੁਝ ਸਵਰਨਾ ਹੈ ਇਨ ਫਿਊਚਰ। ਅਤੇ ਜੇ ਇਹਨਾਂ ਗੱਲਾਂ ਵਾਲੇ ਪਾਸੇ ਨਾ ਨਾ ਧਿਆਨ ਦਿੱਤਾ, ਫਿਰ ਹਰ ਬੰਦੇ ਨੇ ਆਪਣੇ ਹਿਸਾਬ ਦੇ ਨਾਲ ਹੀ ਸਾਨੂੰ ਚਲਾਈ ਫਿਰਨਾ। ਜਿਹਦਾ ਜੋ ਜੀ ਕੀਤਾ ਉਹਨੇ ਉਹੀ ਕਰ ਲੈਣਾ। ਵੈਸੇ ਤਾਂ ਵੇਖੋ, ਜਿਹੜਾ ਬਾਬਾ ਨਾਨਕ ਗੁਰਬਾਣੀ ਦੇ ਵਿੱਚ ਇਹ ਵਿਚਾਰ ਦਿੰਦਾ ਹੋਵੇ ਕਿ ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲੀਆ, ਇਹ ਬਾਣੀ 35 ਮਹਾਂਪੁਰਖਾਂ ਦੀ, 35ਾਂ ਦੀ ਇੱਕ ਵਿਚਾਰ ਹੈ। ਤੁਸੀਂ ਇੱਥੇ ਬਾਬਾ ਨਾਨਕ ਕਹਿ ਲਓ, ਭਗਤ ਕਬੀਰ ਜੀ ਕਹਿ ਲਓ, ਭਗਤ ਨਾਮਦੇਵ ਜੀ ਕਹਿ ਲਓ, ਜਿਨ੍ਹਾਂ ਦਾ ਵੀ ਸ਼ਬਦ ਹੈ, 35ਾਂ ਦੀ ਵਿਚਾਰ ਇੱਕੋ ਹੀ ਹੈ। ਹੁਣ ਜਿਹੜੇ ਮਹਾਂਪੁਰਸ਼ ਗੁਰਬਾਣੀ ਵਿੱਚ ਇਹ ਵਿਚਾਰ ਦਿੰਦੇ ਹੋਣ ਕਿ ਪੰਡਿਤ ਮੁੱਲਾਂ ਜੋ ਲਿਖਦੀ ਆ, ਵੀ ਪੰਡਿਤ ਨੇ ਭਾਵੇਂ ਮੁੱਲਾਂ ਨੇ ਜੋ ਵੀ ਲਿਖਿਆ ਹੈ ਨਾ, ਜੋ ਵੀ ਲਿਖਿਆ, ਛਾੜ ਚਲੇ ਸਭ ਅਸੀਂ ਛੱਡਿਆ, ਛਾੜ ਚਲੇ ਹਮ ਕਛੂ ਨਾ ਲਿਆ, ਅਸੀਂ ਸਭ ਛੱਡਿਆ, ਅਸੀਂ ਕੱਖ ਵੀ ਨਹੀਂ ਲਿਆ। ਹੁਣ ਇਹ 35 ਮਹਾਂਪੁਰਸ਼ ਤਾਂ ਇਹ ਗੱਲ ਕਹਿੰਦੇ ਹੋਣ ਵੀ ਉਹਨਾਂ ਦਾ ਲਿਖਿਆ ਅਸੀਂ ਸਭ ਕੁਝ ਛੱਡਿਆ। ਅਤੇ ਬਾਬੇ ਨਾਨਕ ਦੀ ਜਿਹੜੀ ਆ ਨਵੰਬਰ ਵਾਲੀ ਤਰੀਕ ਤੈਅ ਕੀਤੀ ਜਾਂਦੀ ਹੈ, ਉਹ ਕੌਣ ਕਰਦਾ? ਪਾਂਡੇ ਹੀ ਕਰਦੇ ਨੇ, ਜਿਹਨੂੰ ਬਾਬਾ ਨਾਨਕ ਜੀ ਕਹਿ ਰਹੇ ਵੀ ਛਾੜ ਚੱਲੇ ਅਸੀਂ ਛੱਡ ਦਿੱਤਾ, ਉਹੀ ਪਾਂਡੇ ਜੰਤਰੀ ਤਿਆਰ ਕਰਦੇ ਨੇ ਅਤੇ ਉਹੀ ਤਰੀਕ ਕੱਢਦੇ ਨੇ। ਠੀਕ ਹੈ ਨਾ, ਉੱਥੋਂ ਹੀ ਆਉਂਦਾ ਨਾ ਸਾਰਾ ਕੁਝ। ਜੰਤਰੀਆਂ ਕੌਣ ਤਿਆਰ ਕਰਦਾ? ਪਾਂਡੇ ਤਾਂ ਤਿਆਰ ਕਰਦੇ, ਹੋਰ ਕੌਣ ਤਿਆਰ ਕਰਦਾ? ਉਹ ਗੁਰਬਾਣੀ ਦੇ ਵਿੱਚ ਕਹਿ ਰਹੇ ਵੀ ਅਸੀਂ ਛੱਡਿਆ ਉਹਨਾਂ ਦਾ ਸਾਰਾ ਕੁਝ, ਜੋ ਵੀ ਉਹਨਾਂ ਨੇ ਲਿਖਿਆ ਅਸੀਂ ਨਹੀਂ ਪ੍ਰਵਾਨ ਕਰਦੇ। ਪਰ ਜਿਹੜੇ ਆਪਣੇ ਆਪ ਨੂੰ ਬਾਬੇ ਨਾਨਕ ਦੇ ਪੈਰੋਕਾਰ ਖਵਾਉਂਦੇ ਨੇ ਨਾ, ਉਹ ਕਹਿੰਦੇ ਵੀ ਬਾਬਾ ਜੀ ਤੁਸੀਂ ਜੋ ਮਰਜ਼ੀ ਆਖੀ ਜਾਓ, ਤੁਸੀਂ ਕਹੀ ਜਾਓ ਵੀ ਛਾੜ ਚੱਲੇ ਹਮ ਕਛੂ ਨਾ ਲਿਆ, ਤੁਸੀਂ ਨਹੀਂ ਲੈਂਦੇ ਹੋਗੇ, ਅਸੀਂ ਤਾਂ ਲਵਾਂਗੇ ਲਵਾਂਗੇ ਉਹਨਾਂ ਦਾ, ਅਸੀਂ ਤਾਂ ਲਵਾਂਗੇ ਲਵਾਂਗੇ, ਸਾਡਾ ਪੁਜਾਰੀ ਤੋਂ ਬਗੈਰ ਨਹੀਂ ਸਰਦਾ, ਸਾਡਾ ਪਾਂਡੇ ਤੋਂ ਬਗੈਰ ਨਹੀਂ ਸਰਦਾ। ਵੇਖੋ ਹਾਲਾਤ ਏਡੇ ਮਾੜੇ ਨੇ, ਇੱਥੇ ਡੀਂਗਾ ਮਾਰਦੇ ਫਿਰਦੇ ਸਾਡੇ ਲੋਕ, ਅਸੀਂ ਵੱਖਰੀ ਕੌਮ ਵੱਖਰੀ ਕੌਮ, ਇਹ ਡੀਂਗਾ ਮਾਰਦੇ ਫਿਰਦੇ ਨਾ, ਸੁਣਿਆ ਹੋਣਾ ਤੁਸੀਂ, ਬਸ ਉਹ ਡੀਂਗਾ ਹੀ ਨੇ ਸਿਰਫ, ਡੇਟ ਤਾਂ ਤੈਅ ਨਹੀਂ ਕੀਤੀ ਜਾਂਦੀ ਤੁਹਾਡੇ ਕੋਲੋਂ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਜਿਹੜੇ ਵੱਡੇ ਵੱਡੇ ਆਗੂ ਨੇ ਮੈਂ ਉਹਨਾਂ ਦੀ ਗੱਲ ਕਰਦਾ ਪਿਆ, ਕਿਉਂਕਿ ਇੰਟਰਨੈਟ ਦੇ ਉੱਤੇ ਵੀ ਵਿਚਾਰ ਜਾ ਰਹੀ ਹੈ। ਜਿਹੜੇ ਵੱਡੇ ਵੱਡੇ ਆਗੂ ਨੇ ਵੀ ਡੇਟ ਤਾਂ ਤੁਹਾਡੇ ਕੋਲੋਂ ਇੱਕ ਤੈਅ ਨਹੀਂ ਕੀਤੀ ਜਾਂਦੀ ਅਤੇ ਤੁਸੀਂ ਡੀਂਗਾ ਐਵੇਂ ਮਾਰਦੇ ਫਿਰਦੇ ਹੋ, ਕਿੱਥੋਂ ਵੱਖਰੇ? ਪਾਂਡੇ ਦੀਆਂ ਗੱਲਾਂ ਮੰਨ ਕੇ ਅਤੇ ਵੱਖਰੇ, ਹੱਦ ਹੈ। ਵੈਸੇ ਗੁਰਬਾਣੀ ਦੀ ਗੱਲ ਨੂੰ ਸਾਹਮਣੇ ਰੱਖਣਾ ਸੀਗਾ, ਗੁਰਬਾਣੀ ਦੀ ਗੱਲ ਨੂੰ। ਵੇਖੋ ਗੁਰਬਾਣੀ ਜਿਹੜੀ ਹੈ ਨਾ, ਵੈਸੇ ਤਰੀਕਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦੀ, ਇਹ ਵੀ ਗੱਲ ਮੈਂ ਬੇਨਤੀ ਕਰਦੀ ਹਾਂ। ਗੁਰਬਾਣੀ ਇਹ ਨਹੀਂ ਕਹਿੰਦੀ ਵੀ ਆਹ ਦਿਨ ਚੰਗਾ ਅਤੇ ਆਹ ਦਿਨ ਮਾੜਾ, ਆਹ ਤਰੀਕ ਵਧੀਆ ਅਤੇ ਆਹ ਤਰੀਕ ਮਾੜੀ, ਗੁਰਬਾਣੀ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਂਦੀ। ਪਰ ਸਾਨੂੰ
ਅਸੀਂ ਕੋਈ ਵੀ ਕੰਮ ਕਰਨਾ ਹੋਵੇ ਇੱਕ ਤਰੀਕ ਤਾਂ ਮਿੱਥਦੇ ਹਾਂ ਨਾ ਆਪਾਂ, ਕਿਸੇ ਨੇ ਆਪਣੇ ਬੱਚੇ ਦਾ ਆਨੰਦ ਕਾਰਜ ਕਰਨਾ, ਇੱਕ ਤਰੀਕ ਤਾਂ ਮਿੱਥੀ ਜਾਂਦੀ ਹੈ ਨਾ ਵੀ ਆਹ 20 ਤਰੀਕ ਨੂੰ ਸਾਡੇ ਬੱਚੇ ਦਾ ਆਨੰਦ ਕਾਰਜ ਹੈ। ਠੀਕ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਆਹ ਦਿਨ ਚੰਗਾ ਆਹ ਦਿਨ ਮਾੜਾ, ਪਰ ਇੱਕ ਤਰੀਕ ਮਿੱਥੀ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇੱਕ ਤਰੀਕ ਜਿਹੜੀ ਹੈ ਉਹ ਮਿੱਥ ਲਓ ਵੀ ਇਸ ਦਿਨ ਅਸੀਂ ਬਾਬੇ ਨਾਨਕ ਦਾ ਦਿਹਾੜਾ ਮਨਾਉਣਾ, ਇਸ ਦਿਨ ਗੁਰੂ ਗੋਬਿੰਦ ਸਿੰਘ ਦਾ ਦਿਹਾੜਾ ਮਨਾਉਣਾ, ਇਸ ਦਿਨ ਗੁਰੂ ਅਰਜਨ ਸਾਹਿਬ ਦਾ ਦਿਹਾੜਾ ਮਨਾਉਣਾ, ਅਤੇ ਉਸ ਤੋਂ ਬਾਅਦ ਜਦੋਂ ਤਰੀਕਾਂ ਮਿੱਥੀਆਂ ਜਾਣ ਫਿਰ ਗੁਰਮਤਿ ਸਮਝਣ ਵਾਲੇ ਪਾਸੇ ਨੂੰ ਵੀ ਉਸ ਦਿਨ ਤੁਰ ਪਈਏ, ਵੀ ਸਾਡਾ ਮਕਸਦ ਉੱਥੇ ਫਿਰ ਕੇਵਲ ਲੰਗਰ ਛਕਣਾ ਅਤੇ ਛਕਾਉਣਾ ਨਾ ਹੋਵੇ, ਉੱਥੇ ਕੇਵਲ ਆ ਕੇ ਹੱਲੇ ਗੁੱਲਾ ਕਰਨਾ ਨਾ ਹੋਵੇ। ਬਹੁਤੇ ਵੱਡੇ ਵੱਡੇ ਦੀਵਾਨ ਸਾਜਦੇ ਹੱਲਾ ਗੁੱਲਾ ਕਰਕੇ ਲੋਕ ਚੱਲ ਜਾਂਦੇ ਨੇ, ਉੱਥੇ ਇਹ ਮਕਸਦ ਨਾ ਹੋਵੇ, ਉੱਥੇ ਫਿਰ ਇਹ ਮਕਸਦ ਹੋਵੇ ਵੀ ਅੱਜ ਕੁਝ ਨਵੀਂ ਗੱਲ ਸਿੱਖ ਕੇ ਆਪਾਂ ਜਾਣੀ ਹੈ। ਜਦੋਂ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਫਿਰ ਸਾਡਾ ਸਭ ਕੁਝ ਕੀਤਾ ਹੋਇਆ ਪ੍ਰਵਾਨ ਹੈ। ਪਰ ਜਦੋਂ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਨਹੀਂ ਕਰਦੇ, ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਦਾ ਯਤਨ ਨਹੀਂ ਕਰਦੇ, ਤਾਂ ਸੱਚ ਕਰਕੇ ਜਾਣਿਓ ਸਾਡਾ ਕੁਝ ਵੀ ਕੀਤਾ ਹੋਇਆ ਪ੍ਰਵਾਨ ਨਹੀਂ ਹੈ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।